स्वागत है जी तुहाडा थांग विलेज दे विच जो हैगा इंडिया पाकिस्तान दे बॉर्डर दे उत्ते। ते इस टाइम आपां खड़ेंगे बिल्कुल पाकिस्तान दे बॉर्डर ते। ओ तुसी देख सकदे हो उधर भी पाकिस्तान दा बॉर्डर आ ते उत्थे पाकिस्तान दा विलेज भी दिख रहा है हुण तुहानूं। एक जे नहीं दिख रहा कोई गल नहीं, मैं बाद विच ऐड कर दूंगा वीडियो। तो यह करीब हैगा भी मतलब तुसी लगा लो तुरतक विलेज तो भी 12 किलोमीटर हैगा तुरतक विलेज तो। इत्थे आर्मी दे बंकर भी तुहानूं दिख जाएंगे, अपने आर्मी दे बंकर उस साइड भी ने ते उधर भी ने ते बाकी उधर पाकिस्तान दे बंकर भी ने। ते आ तुहानूं बिच आवाज़ां तां सुनी रही होणगियां इत्थे खच्चर बहुत ज़्यादा ने ते कुछ एवें दा एरिया बनाया होया। इधर देखो खुली पार्किंग है, ढाबा वगैरह भी हैगा इत्थे भी तुसी उह कर सकदे हो, अपना खाना पीना खा सकदे हो। ते दूरबीन नाल तुसी देख सकदे हो जिहड़ा आखरी विलेज हैगा। यह हैगा जी पार्किंग एरिया ते इधर हैगे ढाबे ते इत्थे एक अंकल जी अपना सारा इंट्रोड्यूस कराते हैं ते वो अगे तुहानूं वीडियो दे विच मिली जाना है। ते ओ अंदर बैठे है उत्थे ओ अपना एप्रीकोट शिलाजीत ते होर की बेचते हैं ड्राई फ्रूट बिल्कुल प्योर। ते मेन गल ये बंदे कहंदे पैसे ना दो ते ले जाओ। हाँ नहीं पैसे मतलब दे दो जिथे नेटवर्क आ गया। हाँ। देखो यार भी किन्ना भरोसा है यार इन्हां नूं, कहंदा भी तुसीं जे पैसे नहीं है ना तुसीं थल्ले जाके जो नेटवर्क आ गया ना तुसीं ट्रांसफर कर दिओ ते कोई चक्कर नहीं। कहंदा लोक कहंदे करदे आने, कहंदा साडे कोल कैश नहीं हुंदा कई वार ਤਾਂ ਜਿਵੇਂ ਤਾਂ ਫਿਰ ਅਸੀਂ ਇੱਦਾਂ ਹੀ ਦੇ ਦਿੰਦੇ ਇਹਨਾਂ ਦੇ ਬੰਦੇ। ਕਹਿੰਦਾ ਅੱਜ ਤੱਕ ਸਾਡੇ ਕਦੇ ਪੈਸੇ ਮਰੇ ਨਹੀਂ ਗਏ, ਮਤਲਬ ਇੰਨਾ ਭਰੋਸਾ ਯਾਰ। ਅਤੇ ਸਾਡੇ ਨਾਲ ਚੱਕਰ ਇਹ ਪੈ ਗਿਆ ਵੀ ਸਾਨੂੰ ਹੋਟਲ ਦੇ ਵਿੱਚ ਅਸੀਂ ਪੇਮੈਂਟ ਕਰ ਨਹੀਂ ਸਕੇ ਔਨਲਾਈਨ ਅਤੇ ਸਾਡਾ ਸਾਰਾ ਕੈਸ਼ ਉੱਥੇ ਨਿਕਲਿਆ, ਸਾਡੀ ਜੇਬ 'ਚ ਸਾਰੇ 20 ਰੁਪਏ ਇਸ ਟਾਈਮ। ਅਤੇ ਬਾਕੀ ਕੋਈ ਨਹੀਂ ਦੇਖਦੇ, ਜੇ ਕੁਛ ਲਿਆ ਤਾਂ ਆਪਾਂ ਪੇਮੈਂਟ ਤਾਂ ਕਰ ਹੀ ਦੇਣੀ ਚਲੋ ਔਨਲਾਈਨ। ਅਤੇ ਆਹ ਜਿਹੜਾ ਹੈਗਾ ਇੱਥੇ ਸਟਰਕਚਰ ਨੂੰ ਮੈਂ ਬਣਾ ਰਹੇ ਨੇ, ਇਹ ਸਾਰਾ ਵਿਊ ਪੁਆਇੰਟ ਬਣਾ ਰਹੇ ਨੇ ਵੀ ਇੱਥੋਂ ਵਿਊ ਦਿਖ ਜਾ ਕਰਨਾ। ਉਹ ਪਿੱਛੇ ਤੱਕ ਦਾ ਉੱਥੇ ਤੱਕ ਦਾ ਪਾਕਿਸਤਾਨ ਦਾ। ਅਤੇ ਇੱਕ ਆਹ ਵੀ ਦੱਸ ਰਹੇ ਸੀਗੇ ਵੀ ਜਿਹੜੀਆਂ ਆਹ ਲਾਲ ਪਹਾੜੀਆਂ ਨੇ, ਇਹ ਲਾਲ ਪਹਾੜੀਆਂ ਹੈਗੀਆਂ ਇੰਡੀਆ ਦੇ ਵਿੱਚ ਅਤੇ ਜਿਹੜੀਆਂ ਉਹ ਲਾਲ ਤੋਂ ਪਿੱਛੇ ਨੇ ਉਹ ਸਾਰੀਆਂ ਪਾਕਿਸਤਾਨ ਦੇ ਵਿੱਚ ਨੇ। ਹੁਣ ਬੰਕਰ ਤੁਹਾਨੂੰ ਪਤਾ ਨਹੀਂ ਇੱਥੇ ਦਿਖੇ ਹੋਣਗੇ ਕਿ ਨਹੀਂ ਦਿਖੇ ਹੋਣਗੇ, ਉਹ ਉੱਥੇ ਕੁ ਜਿਹਾ। ਹਾਂ ਬੰਕਰ ਦੂਰਬੀਨ ਨਾਲ ਹੀ ਦਿਖਣਗੇ ਕਿਉਂਕਿ ਅਸੀਂ ਦੇਖੇ ਸੀਗੇ ਯਾਰ ਬਹੁਤ ਕਲੀਅਰ ਦਿਖ ਰਿਹਾ ਦੂਰਬੀਨ ਵਿੱਚ ਦੀ, ਬਹੁਤ ਚੰਗੀ ਕਲੈਰਿਟੀ ਦੀਆਂ ਦੂਰਬੀਨਸ ਨੇ ਇਹਨਾਂ ਕੋਲ। ਜਿਵੇਂ ਉਹ ਪਾਕਿਸਤਾਨ ਦਾ ਪਿੰਡ ਵੇਖਿਆ ਇੰਨੀ ਦੂਰ ਤੋਂ ਸਾਨੂੰ ਉਹਨਾਂ ਦੇ ਬੰਕਰ ਵੀ ਦੇਖ ਕੇ ਪੂਰੇ ਕਲੀਅਰ। ਅਤੇ ਨਾ ਪਿੱਛੇ ਇੱਕ ਪੁਲ ਆਉਂਦਾ ਇੱਥੋਂ 4 ਕਿਲੋਮੀਟਰ ਪਿੱਛੇ ਨਾ ਪੁਲ ਆਉਂਦਾ ਇੱਕ, ਉੱਥੋਂ ਦੋ ਰਸਤੇ ਪਾੜਦੇ ਆ, ਇੱਕ ਰਸਤਾ ਸਿੱਧਾ ਜਾਂਦਾ ਇੱਕ ਰਸਤਾ ਰਾਈਟ ਟਰਨ ਹੁੰਦਾ ਪੁਲ ਚੜ੍ਹਨ ਨੂੰ, ਮਤਲਬ ਨਾਲ ਹੀ ਪੁਲ ਹੈ ਵੀ ਮਤਲਬ ਪੁਲ 'ਤੇ ਚੜ੍ਹਨਾ। ਜਿਹੜਾ ਸਿੱਧਾ ਰਸਤਾ ਜਾਂਦਾ ਉਹ ਹੈਗਾ ਆਰਮੀ ਦਾ, ਉਹ ਆਰਮੀ ਉੱਥੋਂ ਤੁਹਾਨੂੰ ਐਂਟਰ ਨਹੀਂ ਕਰਨ ਦਊਗੀ ਅਤੇ ਉਹ ਸਿੱਧਾ ਰਸਤਾ ਇੱਧਰ ਹੀ ਆਉਂਦਾ ਕਿਉਂਕਿ ਉਹਨਾਂ ਦੇ ਬੇਸ ਕੈਂਪ ਬਣਾਏ ਹੋਏ ਨੇ, ਉਹ ਸਾਰਾ ਪਰਲੇ ਪਾਸੇ ਜਾਂਦਾ ਉਹ ਸਾਰਾ ਰਸਤਾ। ਅਤੇ ਆਹ ਜਿਹੜੀ ਸ਼ਿਓਕ ਰਿਵਰ ਹੈ ਇਹ ਨਾਲ ਨਾਲ ਜਿਹੜੀ ਜਾਂਦੀ ਹੈ ਨਾ, ਇਹ ਸ਼ਿਓਕ ਰਿਵਰ ਦੇ ਪਰਲੇ ਪਾਸੇ ਪਾਕਿਸਤਾਨ ਰਹਿ ਜਾਂਦਾ ਅਤੇ ਇੱਧਰਲੇ ਪਾਸੇ ਇੰਡੀਆ ਰਹਿ ਜਾਂਦਾ। ਨਾਢੀ ਕਿਹਾ ਤਾ ਆਪਣਾ ਆਰਮੀ ਇਹ ਖੇਤ ਦਿਖ ਰਿਹਾ ਹੈ, ਵਹਾਂ ਗੇਹੂੰ ਕਟਾ ਕਰਕੇ ਵਹਾਂ ਲੈ ਜਾ ਰਹੇ, ਓਕੇ ਯਹਾਂ ਕੋਈ ਵਾਸਤਾ ਨਹੀਂ ਹੈ, ਠੀਕ ਹੈ। ਫਿਰ ਉੱਪਰ ਵਾਲਾ ਟੋਮਾ ਆਪਕੋ ਡੂਬ ਲੱਗ ਗਿਆ, ਵਹਾਂ ਰਾਸਤਾ ਦਿਖ ਰਿਹਾ ਹੈ, ਠੀਕ ਹੈ। ਇਹ ਟੋਮਾ ਆਪਕੋ ਕਾਲਾ ਕਾਲਾ ਸੁਬਹੇ ਸੁਬਹੇ ਦਿਖ ਰਿਹਾ ਹੈ, ਪੂਰਾ ਪਾਕਿਸਤਾਨ ਕਾ ਬੰਕਰ ਹੈ, ਓਕੇ। ਹਾਂ ਜੀ ਇਹ ਨਾਲੇ ਸੇ ਰਾਸਤਾ ਗਿਆ ਹੁਆ ਵਹੀ ਟੋਪ ਤੱਕ, ਵਹਾਂ ਸੇ ਆਗੇ ਰਾਸਤਾ ਗਿਆ ਹੁਆ ਸੇ ਆਗੇ ਵਾਲਾ ਟੋਪ ਮੇਂ ਵੀ ਆਪਕੋ ਸੁਬਹੇ ਸੁਬਹੇ ਦਿਖ ਰਿਹਾ ਹੈ, ਠੀਕ ਹੈ। ਵਹਾਂ ਵੀ ਉਨਕਾ ਬੰਕਰ ਹੈ ਜੀ, ਬੰਕਰ ਪਾਕਿਸਤਾਨ ਕਾ ਫੋਰਟ ਹੈ। ਫਿਰ ਨਦੀ ਕੇ ਇਸ ਤਰਫ ਆਪ ਦੇਖੋ ਸਰ ਮੈਦਾਨ ਦਿਖ ਰਿਹਾ ਹੈ ਆਪਣਾ ਹੈ ਜੀ, ਆਪਣਾ ਮੈਦਾਨ ਹੈ। ਫਿਰ ਵਹਾਂ ਦਿਖ ਰਿਹਾ ਹੈ ਆਪਕਾ ਯਹਾਂ ਆਪਣਾ ਆਰਮੀ ਰਹਿਤਾ ਹੈ, ਆਰਮੀ ਰਹਿਤਾ ਹੈ, ਇਸਕਾ ਨਾਮ ਹੈ ਜਿਰਵਾੜੀ, ਰਿਲਵਾੜੀ, ਹਾਂ ਜਿਰਵਾੜੀ, ਜ਼ੀਰੋ ਆਰ ਡੀ, ਹਾਂ ਜੀ। ਵਹਾਂ ਸੇ ਆਪਣਾ ਆਰਮੀ ਕਾ ਗੱਡੀ ਜਾਤਾ ਹੈ, ਠੀਕ ਹੈ, ਸਿਵਲੀਅਨ ਲਾਊ ਨਹੀਂ ਹੈ, ਸਿਵਲੀਅਨ ਲਾਊ ਨਹੀਂ। ਫਿਰ ਉੱਪਰ ਵਾਲਾ ਟੋਪ ਮੈਂ ਆਪਕੋ ਕਾਲਾ ਕਾਲਾ ਦਿਖ ਰਿਹਾ ਹੈ, ਹਾਂਜੀ, ਵਹਾਂ ਆਪਣਾ ਬੈਂਕਾ ਦੇ ਜੀ,
ओके अपना आदमी देता है कमरा कमरा देख रहा है। फिर यहाँ रास्ता गया हुआ था वो मैदान आपको सफेद सफेद दिख रहा है सफेद सफेद वो रहे ऊपर वो नीचे हाँ जी वो बंकर है अपना बंकर है ठीक है अपना आदमी देता है ऊपर जो डूब लग गया वही टॉप में भी आपको कमरा दिख रहा है वहाँ भी अपना आदमी रहता है यह थंग का यही लाइस है यहाँ से आगे नहीं है अपना बैंकर यही है सर बस यही हमारा फिर यहाँ यहाँ पेंसिंग लगाया हुआ सर आप देख रहे यहाँ खम्बा खड़ा है हाँ हाँ जी हाँ जी हाँ जी हाँ जी टिकटी जो डूब लग गया वो पूरा टिकटी पाकिस्तान का ही ओके ये नीचे लाल लाल दिख रहा है अपना ही जी वो तो पूरा पाकिस्तान के है ठीक है क्योंकि यहाँ पाकिस्तान ऊपर है यहाँ से आगे जाना नो मूवमेंट है ओके कोई नहीं जा सकता है ठीक है यहाँ आप देखो सर वहाँ भी अपना आर्मी रहता है क्या वो रहे बंकर वो ऊपर हाँ ठीक है अब आराम से पहले वो गांव ले लो फिर वो टॉप ले लो फिर ये टॉप फिर आप इस तरफ आ जाए फिर ये नदी का उस तरफ आपको ये कोने में मैदान जैसे दिख रहा है ये नाले के इस तरफ वो छोटा सा मैदान दिख रहा है वहाँ काला काला दिख रहा है हाँ जी हाँ जी वहाँ भी उनका बंकर देखिए पाकिस्तान का एक दो तीन जगह पर उनका बंकर देगी नदी के इस तरफ जो गाँव नहीं है अपना पहाड़ तब जो मैदान जो है अपना नदी को उस तरफ दो गाँव दिख रहा है दोनों गाँव पाकिस्तान के जो वो तो आ जिहड़ा तुसीं व्यू देख रहे हो जी ये तुसीं वेख रहे हो दूरबीन विच दी ओ वेखो एंड ते बिल्कुल ओ हैगा पाकिस्तान दा पिंड ओ पाकिस्तान दा पिंड है जी ते आ हैगी है श्योक रिवर जिहदे परले पासे पाकिस्तान है इधरले पासे इंडिया है वेखो किन्नी कलैरिटी दिखा रही है ये दूरबीन ते अपने बंकर भी मैं दिखाना थोनू किस साइड ने आ सी अपने इंडिया दे बंकर इत्थे ना एप्रीकोट सेब ड्राई फ्रूट्स जिन्ने भी हैगे ने सारे दी खेती हुंदी है इत्थे तो तुसीं कुछ भी कर सकते हो इत्थे यार कुत्ते भी बहुत आ जदों असीं गड्डी दे विच आ रहे सी ना इन्ने कुत्ते मतलब साढ़े पिछे पिछे पए ना मतलब जिवें उन्हां नूं इह लगदा होगा भी पता नहीं कोई कौन है इह फॉरनर है जां कोई मतलब हुंदा ही है भी साडी टैरिटरी च आ गए आ सारे उही लगदे यार मैनूं तां भी जिवें एप्रीकोट दे ला लो जां ड्राई फ्रूट दे किसे दे ला लो दरख्त तो एक होर सानू इत्थे सी पता लग्या जिवें हुण पता कर रहे सीगे वी यार इन्हां दा जिहड़े लोकल सिविलियनस ने वी उन्हां दा रहन सहन मतलब किवें हुंदा उन्हां दा गुजारा किवें हुंदा इत्थों इनकम की सोर्स है तां ओ क्योंकि सानू असीं ना गिफ्ट लिफ्ट दित्ती सी इक अपना आर्मी ऑफिसर नूं ते ओह तों पुछिया सीगा ते उहने फिर सानू दस्सिया वी जिन्ने वी इत्थे सिविलियनस ने ओह सारे कम करदे आ इत्थे भी कोई रोड ते लगा लो कोई किते लगा लो कोई किवें मतलब ज़्यादा रोड दा ही वर्क है इत्थे कंस्ट्रक्शन क्योंकि चलती रहिंदी है ते अपना ते फिर वो सारा उन्हां नूं उत्थों पे मिलदी है ते फिर आर्मी आपां उन्हां नूं खाण पीण नूं भी दिंदी है जिवें ग्रेनज़ वगैरह लगा लो वीट लगा लो आटा ला लो तेल ला लो कुछ भी खाण पीण नूं वो सारा आर्मी प्रोवाइड करदी आ ते ऐं चलदा इन्हां दा कम तो बाकी आ जिवें आ हुण शीला जी वेच रहे ने तो ये अपना एप्रीकोट्स वेच रहे ने या होर ड्राई फ्रूट्स वेच रहे ने तो फिर अपना वो हुंदा मतलब उत्थों गुजारा हुंदा इन्हां दा देखो ये भी यार ज्यों रहे ने जिंदगी है आ देखो ਇਹ ਨਾ ਇੱਥੇ ਜਿਹੜੇ ਅੰਕਲ ਜੀ ਵੇਚ ਰਹੇ ਨੇ ਉਹ ਆਹ ਚੀਜ਼ਾਂ ਦੇਖੋ ਇੱਕ ਤਾਂ ਐਪਰੀਕੋਟ ਆ ਗਿਆ ਬਲੂਬੇਰੀ ਇਹ ਕਿਆ ਅੰਕਲ ਇਹ ਮਿਕਸ ਹੈ ਨਾ ਇਹ ਮਿਕਸ ਵਾਲਾ ਹੈ ਔਰ ਇਹ
ये बादाम और एप्रीकोट, एप्रीकोट और शिलाजीत और ये केसर आ गया। ये एप्रीकोट का वेल है। ओके ओके, ये किस काम आता है? ये बॉडी मसाज के लिए कोई दादा चौ गया तो हम ये मीठा वाला दो कसूम कड़ुआ वाला तेल निकलता है, ये मीठा वाला ऐसे बनाता है, फिर ये इसका तेल बनाता है। ठीक है। अच्छा, ये अकेला सिर्फ एप्रीकोट का ऑयल है? हाँ, हाँ, और कुछ नहीं है? और कुछ नहीं है। कितने का ये? यही हाथ से निकलने वाला है जी, ये ओरिजिनल। आप ये आप घर ले जाकर फिर इसमें रखो 24 घंटे, वो जमेगा नहीं। ठीक है। ये कितने का है? ये 500 का है। ये एक औरत को, ये दो औरत को ये निकालने में एक दिन हो जाता है। इसका कोई इसका डेयरी भी नहीं बनता है। ये ओरिजिनल लेती, वो मशीन से निकलने वाला ओरिजिनल नहीं होता है, वो जलाता है। हाँ, उसका हाँ। दवाई खत्म हो जाता है। हाँ जी, हाँ इसका जी। तो हाथ से बनाता है सर, वो ओरिजिनल लेता। ठीक है, वो लेना। ठीक है, चलो ठीक है अंकल जी, हम पेमेंट कर देंगे फिर। हाँ जी हाँ जी हाँ जी हाँ जी, कोई बात नहीं। आपकी अब चाय वाला, ये वाला, ये इसका आगे वाला, इसका आदमी नहीं आया सर। चाह पीनी है? पी के परां करदे आ, ओ पी के फिर रुकना नहीं पैना। ओथे रुकांगे आपां सिद्धा। दो घंटे लग जाने यार, चाह पी के निकल जाने हूं सीधा। रोहित वो चाय बनाना यार, टाइम लग जी मान जा। ओ पुछ त ले, ओदरा चंगा तां आप उथे बना लांगे, आ जिथे होटल दे कोल रुके सी ओ अपने वाले कोल। ना चाह दी चाह वधिया, कोई बात नहीं अंकल, रहने दो अंकल, रहने दो, चलो कोई बात नहीं, अभी नीचे पी लेंगे फिर। कोई बात नहीं। आ एक ਜਿਵੇਂ ਕਹਿ ਦਿੰਦੇ ਆਪਾਂ ਬਣਾਇਆ ਹੋਇਆ ਪਲੇਸ ਜਿੱਥੇ ਤੁਸੀਂ ਖੜ ਕੇ ਫੋਟੋ ਖਿਚਾ ਸਕਦੇ ਅਤੇ ਨਾਲ ਕਹਿ ਸਕਦੇ ਪ੍ਰਾਊਡਲੀ ਸਟੈਂਡਿੰਗ ਐਟ ਥੈਂਕ ਦ ਨਾਰਦਰਨ ਮੋਸਟ ਵਿਲੇਜ ਆਫ ਇੰਡੀਆ। ਸੋਚਿਆ ਆਪਾਂ ਵੀ ਫੋਟੋ ਕਰਾ ਲਈ ਆ, ਸੁਕਰਾ ਲਈ। ਆਹ ਰੈਸਟੋਰੈਂਟ ਨੇ ਇੱਥੇ, थैंग वैली रेस्टोरेंट हो गया, जिमें बॉर्डर वे रेस्टोरेंट हो गया उधर, तो का हो गया बॉर्डर लास्ट रेस्टोरेंट, वेलकम टू इंडो पाक। चलो जी आप हुण चलदे थल्ले, तो इत्थे करीब हो गया अपन अद्धा घंटा। ਮਾਨਾ ਗਾਉਂ ਦੀ ਗੱਲ ਕਰ ਰਹੇ ਗੁਰਵਿੰਦਰ, ਉਹ ਹੈਗਾ ਆਪਣਾ ਉਧਰ ਹੇਮਕੁੰਡ ਸਾਹਿਬ ਵਾਲੇ ਪਾਸੇ ਆ, ਉਹ ਵੀ ਲਾਸਟ ਪਿੰਡ ਆ ਇੰਡੋ ਪਾਕ ਬਾਰਡਰ ਤੇ। ਪਰ ਮੈਨੂੰ ਲੱਗਦਾ ਉਹ ਜ਼ਿਆਦਾ ਨੇੜੇ ਹੋਣ ਕਰਕੇ ਉੱਥੇ ਜ਼ਿਆਦਾ ਪ੍ਰਬੰਧ ਕੀਤੇ ਹੋਣਗੇ, ਥੋੜ੍ਹਾ ਜ਼ਿਆਦਾ ਦੂਰ ਪੈ ਜਾਂਦਾ। ਜੇ ਆਪਾਂ ਹੁਣ ਗੱਲ ਕਰੀਏ ਆਪਾਂ ਕਿੰਨੇ ਕਿਲੋਮੀਟਰ ਆ ਗਏ ਟੋਟਲ, 1450 ਕਿਲੋਮੀਟਰ ਆ ਗਏ ਟੋਟਲ ਪਿੰਡ ਤੋਂ ਆਪਣੇ ਤੋਂ, ਬਹੁਤ ਜ਼ਿਆਦਾ ਹੋ ਜਾਂਦਾ। ਚਲੋ ਜੀ ਫਿਰ ਚੱਲਦੇ ਹਾਂ ਅੱਗੇ ਨੂੰ। ਆਹ ਜਿਹੜਾ ਮੈਂ ਤੁਹਾਨੂੰ ਪੁੱਲ ਦੀ ਗੱਲ ਕਰ ਰਿਹਾ ਸੀ ਨਾ, ਉਹ ਆਹ ਪੁੱਲ ਹੈ ਇਹਦਾ, ਹੁਣ ਅਸੀਂ ਵਾਪਸੀ ਆ ਰਹੇ ਹਾਂ। ਵੀ ਜਿਹੜਾ ਉਹ ਅੱਗੇ ਤੁਹਾਨੂੰ ਰੋਡ ਦਿਖ ਰਿਹਾ, ਇੱਕ ਲੈਫਟ ਨੂੰ ਜਾ ਰਿਹਾ, ਇੱਕ ਰਾਈਟ ਨੂੰ ਜਾ ਰਿਹਾ। ਆਪਾਂ ਲੈਫਟ ਤੋਂ ਆਉਂਦੇ ਹੁੰਦੇ ਹਾਂ ਜਦੋਂ ਥਾਂਗ ਵਿਲੇਜ ਜਾਣਾ, ਉੱਥੋਂ ਤੁਸੀਂ ਇੱਧਰ ਪੁੱਲ ਨੂੰ ਚੜ੍ਹਨਾ, ਸਿੱਧਾ ਆਰਮੀ ਦਾ ਏਰੀਆ, ਉੱਧਰ ਨਹੀਂ ਆਪਾਂ ਜਾ ਸਕਦੇ। ਇਹ ਹੈ ਜੀ ਗੈਸਟ ਹਾਊਸ ਜਿੱਥੇ ਆਪਾਂ ਰੁਕੇ ਸੀ, ਇਹਦਾ ਨਾਮ ਹੈਗਾ ਆਸ਼ਨੂਰ ਗੈਸਟ ਹਾਊਸ। ਜੇ ਕਿਸੇ ਨੇ ਰਹਿਣਾ ਹੋਵੇ ਤਾਂ ਇੱਥੇ ਬਹੁਤ ਵਧੀਆ ਪਲੇਸ ਹੈ, ਇਹ ਤਾਂ ਤੁਸੀਂ ਇੱਥੇ ਰਹਿ ਸਕਦੇ ਹੋ। ਖਾ ਪਿਓ,
ਚਾਹ ਮਿਲ ਜੂ ਇਹ ਆ ਜਾਣੇ ਜਰ ਉਹ ਦੋਸਤ ਦੋ ਵਾਲੇ ਉਹ ਸਰ ਥੇ ਨਾ ਉਹ ਕੁਛ ਪੈਸੇ ਵੈਸੇ ਦੇਣਾ ਉਹਨਕੇ ਕੁਛ ਬੋਲੇ ਦੇ ਦੇ ਨਹੀਂ ਮੇਰੀ ਬਾਤ ਭਾਈ ਮੇਰੀ ਬਾਤ ਸੁਣ ਦੇਖੋ ਇੱਥੇ ਸੈਲੀਬ੍ਰਿਟੀ ਵੀ ਰਹਿ ਕੇ ਗਏ ਹੋਏ ਨੇ ਅੱਜ ਮੇਰਾ ਰਣਵੀਰ ਸ਼ੈਫ ਹੋ ਗਿਆ ਅਤੇ ਇਹਨਾਂ ਦਾ ਮੈਨੂੰ ਪਤਾ ਨਹੀਂ ਅਤੇ ਇਹਦਾ ਨਾਂ ਨਹੀਂ ਮੈਨੂੰ ਪਤਾ ਕਾਕਾ ਕਾਕਾ ਅੱਛਾ ਨਹੀਂ ਕਾਕਾ ਤਾਂ ਇੱਧਰ ਹੈ ਉੱਧਰ ਅਤੇ ਆਹ ਵੇਖੋ ਵਧੀਆ ਮਤਲਬ ਇਹ ਯਾਰ ਐਕੋਮੋਡੇਸ਼ਨ ਨਾ ਸਹੀ ਸੀਗੀ ਅਤੇ ਆਪਾਂ ਜਾਏ ਜੀ ਅੱਗੇ ਫਿਰ ਹੁਣ ਅਤੇ ਹੁਣ ਵਾਪਸ ਆਪਾਂ ਇੱਥੇ ਤੁਰਤਕ ਸੇਮ ਹੀ ਹੋਟਲ ਦੇ ਵਿੱਚ ਆਏ ਹਾਂ ਚਾਹ ਪੀਣ ਅਤੇ ਇੱਥੋਂ ਫਿਰ ਆਪਾਂ ਨਿਕਲਣਾ ਸਿੱਧਾ ਪੈਂਗੋਂਗ ਲੇਕ ਪੈਂਗੋਂਗ ਲੇਕ ਦਾ ਡਿਸਟੈਂਸ ਗੁਰਵਿੰਦਰ ਫੋਨ ਦਾ ਹੀ ਯਾਰ ਫੋਨ ਦਾ ਹੀ ਫੋਨ ਤੇਰਾ ਇੱਕ ਮਿੰਟ ਦੇ ਦੇ ਕਰਦਾ ਪੈਂਗੋਂਗ ਤੂੰ ਕਰ ਗੱਲ ਕੋਈ ਨੀ ਕੋਈ ਨੀ ਕੋਈ ਨੀ ਮੈਂ ਕਰ ਦਿੰਦਾ ਪੈਂਗੋਂਗ ਲੇਕ ਪੈਂਦਾ ਜੀ 7:42 ਅਤੇ ਔਖਾ 320 ਕਿਲੋਮੀਟਰ ਮੈਪ ਲੱਗਿਆਂਗੇ ਡਾਊਨਲੋਡ ਕਰਨ ਕਿਉਂਕਿ ਅੱਗੇ ਨੈਟਵਰਕ ਆਵੇ ਨਾ ਆਵੇ ਤੁਰਤੁਕ ਵਿਲੇਜ ਤੋਂ ਨਿਕਲ ਚੁੱਕੇ ਹਾਂ ਜੀ ਆਪਾਂ ਅਤੇ ਇਹੋ ਜਿਹਾ ਰਸਤਾ ਕੁਝ ਤੁਹਾਡੇ ਸਾਹਮਣੇ ਹੀ ਆ ਸਿੰਗਲ ਰੋਡ ਆ ਪਰ ਰੋਡ ਸਾਫ ਆ ਟੈਂਪਰੇਚਰ 13 ਡਿਗਰੀ ਆ ਟਾਈਮ 9:30 ਹੋ ਗਏ ਅਤੇ 310 ਕਿਲੋਮੀਟਰ ਕਹਿੰਦਾ ਪੈਂਗੋਂਗ ਲੇਕ ਆਪਾਂ ਰਹਿ ਗਿਆ ਅਤੇ 5 ਵਜੇ ਦਾ ਅੰਦਾਜ਼ਾ ਕਹਿ ਰਿਹਾ ਵੀ 5 ਵਜੇ ਸ਼ਾਮ ਨੂੰ ਪਹੁੰਚ ਜਾਣਾ ਬਾਕੀ ਦੇਖੋ ਕਿਵੇਂ ਬਣਦਾ ਹੁਣ ਤਾਂ ਇੱਕ ਵਾਰ ਵੀ ਜਿਹੜਾ ਰਸਤੇ 'ਤੇ ਅਸੀਂ ਆਏ ਹਾਂ ਲੇਹ ਤੋਂ ਲੇਹ ਇੱਥੋਂ ਜਿਵੇਂ 200 ਕਿਲੋਮੀਟਰ ਆ ਵੀ 150 ਕਿਲੋਮੀਟਰ ਦਾ ਵਾਪਸ ਜਾਣਾ 150 ਕਿਲੋਮੀਟਰ ਤੋਂ ਬਾਅਦ ਇੱਕ ਟਰਨ ਆਊਗਾ ਜਿਹੜਾ ਪੈਂਗੋਂਗ ਲੇਕ ਨੂੰ ਟਰਨ ਕਰਦਾ ਇੱਕ ਰਸਤਾ ਲੇਹ ਨੂੰ ਹੋ ਜਾਂਦਾ ਇੱਕ ਪੈਂਗੋਂਗ ਨੂੰ ਟਾਈਮ ਲੱਗੂਗਾ 2-3 ਸਾਲ ਜ਼ਿਆਦਾ ਹੀ ਭਾਵੇਂ ਲੱਗ ਜੇ ਪਰ ਕਰੀ ਤਾਂ ਜਾਂਦੇ ਹੀ ਆ ਸ਼ੋਕ ਰਿਵਰ ਜਿਹੜੀ ਅੱਗੇ ਤੱਕ ਜਾਂਦੀ ਆ ਪਾਕਿਸਤਾਨ ਤੱਕ ਜਾਂਦੀ ਆ ਡਿਸਕਟ ਰਹਿ ਗਿਆ ਇੱਥੋਂ 80 ਕਿਲੋਮੀਟਰ ਅਤੇ ਉੱਥੋਂ ਹੀ ਟਰਨ ਹੋਣਾ ਹੁਣ ਆਪਾਂ ਜਿਹੜਾ ਉੱਥੇ ਹੀ ਪੰਪ ਹੈ ਆਖਰੀ
ਆ ਵੀ ਨਵਾਂ ਪੁਲ ਬਣੂਗਾ ਉਹ ਪੰਪ ਤੇ ਜੇ ਤੁਸੀਂ ਤੇਲ ਪਵਾ ਲਿਆ ਤਾਂ ਠੀਕ ਹੈ ਅੱਗੇ ਤੁਹਾਨੂੰ ਤੇਲ ਨਹੀਂ ਮਿਲਣਾ ਮੇਰਾ ਰਲ ਵੀ ਤੁਹਾਨੂੰ ਉੱਥੋਂ ਹੀ ਤੇਲ ਦਾ ਇੰਤਜ਼ਾਮ ਕਰਕੇ ਆਉਣਾ ਪੈਣਾ ਜੇ ਇੱਧਰ ਨੂੰ ਆਉਣਾ ਜੇ ਸਿਆਚਨ ਨੂੰ ਜਾਣਾ ਉੱਧਰ ਦਾ ਪਤਾ ਨਹੀਂ ਸਿਆਚਨ ਹੋ ਸਕਦਾ ਵੀ ਤੇਲ ਮਿਲ ਜਾਵੇ ਪਰ ਤੁਸੀਂ ਆਪ ਰਿਸਰਚ ਕਰਨੀ ਹੈ ਉਸ ਚੀਜ਼ 'ਤੇ ਜੇ ਤੁਸੀਂ ਉੱਧਰ ਜਾਂਦੇ ਹੋ ਚੱਲ ਰਹੀ ਹੈ ਜੀ ਇੱਥੇ ਅਤੇ ਪੁਲ ਬਣਾਉਣ ਲੱਗੇ ਹੋਏ ਨੇ ਇੱਥੇ ਖੜਾਉਣਾ ਉੱਥੋਂ ਸਿਰਫ ਵੰਨ ਵੇ ਹੈ ਤਾਂ ਕਰਕੇ ਆਪਾਂ ਉਹ ਦੋ ਗੱਡੀਆਂ ਨੂੰ ਲੰਘਣ ਦੇਣਾ ਅਤੇ ਫਿਰ ਉਹ ਤੋਂ ਬਾਅਦ ਆਪਾਂ ਚੱਲਾਂਗੇ ਡਰ ਲੱਗਦਾ ਇੱਥੇ ਯਾਰ ਹੋਰ ਅਗਲਾ ਕਹਿ ਦਿੰਦਾ ਦੇਖ ਕੇ ਪਹਾੜ ਕੱਟਿਆ ਸਹੀ ਗੱਲ ਆ ਇਹ ਤਾਂ ਇਹੀ ਲੱਗਦਾ ਜਿਵੇਂ ਉੱਤੇ ਹੀ ਨਾ ਡਿੱਗ ਜਾਵੇ ਆਹ ਦੇਖੀ ਗੱਡੀ ਕਿੱਥੇ ਪਾਰਕ ਕਰੀ ਹੈ ਅੱਗੇ ਵੀ ਹੋਰ ਤੈਨੂੰ ਕੋਈ ਥਾਂ ਨਹੀਂ ਮਿਲੀ ਗੱਡੀ ਪਾਰਕ ਕਰਨ ਨੂੰ क्या चीज ये जैसे रूम का किराया शराया सब कुछ इधर थोड़ा ज़्यादा है ठीक है ठीक है जैसे आप घूमने के लिए आए आपको थोड़ा खर्चा इधर ज़्यादा हो जाएगा हाँ जैसे अमेरिका से अगर कोई बंदा इधर आएगा उसका खर्चा कम है इधर एक और भी है ना मतलब अभी तो पीक सीज़न भी नहीं है अब तो फिर भी कम है पीक सीज़न में तो पता नहीं कितना मांगते होंगे क्योंकि अभी ज़्यादा नहीं आते ना टूरिस्ट टाइम नहीं है या समर नहीं है शुरू होने लगी अब तो इनका होता है सेमी ऐसे एक मान के चलो ये देखते हैं ना आप नॉर्मल से नॉर्मल एक कमरे का कम से कम 2500-3500 तो लेते हैं खाना शाना देकर जैसे आप रात को तुरतुक में थे हाँ कितना लिया वहाँ पे तो कम था हमारा 1300 में हो गया था ना मंगा 1500 सी उन्हें मांगा 1500 था लेकिन हमारा 1300 में हो गया था खाना शाना खाना अलग से खाना तो जो खाएंगे उसके हिसाब से लग जाएगा ना वो तो मेन्यू के हिसाब से होगा हाँ 300-400 लगा था खाने पे भी है ना 300-400 खाने पे लगा लो 2000 लगा लो फुल सही था पता नहीं पीक टाइम नहीं है इसलिए तब भी ठीक लगाया इधर तो लेते हैं कम से कम 2500 नॉर्मल से नॉर्मल कमरे में इधर उधर में हम काम करते थे ना उधर होटल है दनांची उसका नाम है वो होटल था 2500 में दे देगा दो ढाई का खाना जैसे अगर आप शाम को आगे शाम का खाना मिला सुबह ब्रेकफास्ट एक गर्म पानी का भी है ना यहाँ पे टाइमिंग रखते हैं ना गर्म पानी की कि सुबह 2 घंटे 3 घंटे शाम को 2-3 घंटे ऐसे भी है अभी तो इनको जैसे गवर्नमेंट ने दिया जो भी इधर के लोकल है ना इनको तो हर एक घर में वो सोलर सिस्टम लगाया ना ठीक है उसमें जैसे डाल दिया पानी निकाल दिया इधर तो ज़्यादा वही चलता है
ਡਿਸਕਟ ਆਪਾਂ ਟੱਪ ਗਏ ਹਾਂ ਜੀ ਅਤੇ ਕਰੀਬ 100 ਕਿਲੋਮੀਟਰ ਆ ਗਏ ਆਪਾਂ ਤੁਰਤੁਕ ਤੋਂ ਅਤੇ ਉਹ ਜਿਹੜਾ ਮੈਂ ਤੁਹਾਨੂੰ ਪੰਪ ਦੱਸਿਆ ਸੀ ਬਸ 10 ਕਿਲੋਮੀਟਰ ਰਹਿ ਗਿਆ ਉਹ ਪੰਪ ਅਤੇ ਫਿਰ ਆਪਾਂ ਉੱਧਰ ਨੂੰ ਮੁੜ ਜਾਣਾ 1 ਕਰੋੜ ਜਾਊਗਾ ਸਿਆਚਨ ਵੱਲ ਨੂੰ 1 ਕਰੋੜ ਹੋ ਜਾਣਾ ਲੇਹ ਵੱਲ ਨੂੰ ਅਤੇ ਆਹ ਸਿੱਧਾ ਜਿਹਾ ਰਸਤਾ ਇਹ ਥੋੜ੍ਹਾ ਵਧੀਆ ਨਿਕਲ ਜਾਣਾ ਇਹ ਖਾਲਸਾਰ ਤੱਕ ਜਾਊਗਾ ਖਾਲਸਾਰ ਤੋਂ ਫਿਰ ਆਪਾਂ ਮੁੜਨਾ ਹੈਗਾ ਲੇਹ ਵੱਲ ਨੂੰ ਜੀ ਅਤੇ ਅਸੀਂ ਉੱਥੋਂ ਫਿਰ 7 ਕਿਲੋਮੀਟਰ ਵਾਪਸ ਮੁੜ ਕੇ ਆਏ ਸੀ ਜਿਹੜਾ ਮੈਪ ਦਿਖਾ ਰਿਹਾ ਸੀਗਾ ਅਤੇ ਉੱਥੋਂ ਪਤਾ ਲੱਗਿਆ ਵੀ ਸਾਨੂੰ 7-8 ਕਿਲੋਮੀਟਰ ਵਾਪਸ ਜਾ ਕੇ ਅਤੇ ਫਿਰ ਉੱਥੋਂ ਇੱਕ ਟਰਨ ਹੋਰ ਜਾਂਦਾ ਹੈਗਾ ਜਿਹੜਾ ਪੁਰਾਣਾ ਰੋਡ ਸੀਗਾ ਤੁਸੀਂ ਅਤੇ ਉੱਥੋਂ ਦੀ ਜਾਣਾ ਪੈ ਰਿਹਾ ਹੁਣ ਸਾਨੂੰ ਸਾਰਾ ਰਾਹ ਹਾਲੇ ਤੱਕ ਤਾਂ ਐਵੇਂ ਹੀ ਹੈ ਹੋ ਗਿਆ ਆਪਾਂ ਨੂੰ ਕਰੀਬ 8-10 ਕਿਲੋਮੀਟਰ ਹੋ ਗਿਆ ਆਉਂਦਿਆਂ ਇਹਨੂੰ ਕਹਿੰਦੇ ਅਸਲ ਆਫ ਰੋਡਿੰਗ